ਇਹ ਜਿੰਨਾ ਡਾਇਰੈਕਟਰ ਨੇ ਕਿਹਾ ਨਾ ਉਸਤਾਦ ਉਨੀ ਭੈਣ ਪੇਸ਼ ਕਰ। ਇੱਕ ਪਠਾਨ ਵਿਚਾਰਾ ਸਮੁੰਦਰ 'ਚ ਡੁੱਬ ਰਿਹਾ ਸੀ, ਸਮੁੰਦਰ 'ਚ ਡੁੱਬਦੇ ਡੁੱਬਦੇ ਹੱਥ 'ਚ ਮੱਛੀ ਆਈ ਸੀ, ਮੱਛੀ ਨੂੰ ਬਾਹਰ ਸੁਣ ਕੇ ਕਹਿੰਦਾ ਤੁਮ ਤੋ ਬਚੋ ਮੇਰਾ ਅੱਲਾ ਵਾਰਸ ਹੈ। ਗਰਮ ਦਿਮਾਗ ਦੇ ਲੋਕ ਨੇ, ਹਾਈ ਬਲੱਡ ਪ੍ਰੈਸ਼ਰ, ਗੁੱਸੇ ਚ ਰਹਿੰਦੇ ਨੇ, ਇਹ ਅਗਲੇ ਨੂੰ ਪਿੱਛੋਂ ਗੱਡੀ ਮਾਰ ਕੇ ਕੱਢਦੇ। ਉਮੀਦਵਾਰ ਜਿਹੜੇ ਸੀ ਆਪਣੇ ਆਪਣੇ ਨਿਸ਼ਾਨਾਂ ਤੇ ਬਹਿ ਕੇ ਆਏ। ਅੱਛਾ, ਇੱਕ ਦਾ ਟਰੈਕਟਰ ਨਿਸ਼ਾਨ ਸੀ, ਟਰੈਕਟਰ ਤੇ ਬਹਿ ਕੇ ਆਇਆ। ਅੱਛਾ, ਇੱਕ ਦਾ ਟਾਂਗਾ ਨਿਸ਼ਾਨ ਸੀ, ਉਹ ਟਾਂਗੇ ਤੇ ਬਹਿ ਕੇ ਆਇਆ। ਹਾਂ, ਇਹ ਆਪਣੇ ਨਿਸ਼ਾਨ ਤੇ ਨਹੀਂ ਬਹਿ ਸਕਿਆ। ਕਿਉਂ? ਉਹ ਚਾਕੂ ਸੀ, ਮੂੰਹ ਤੇ ਲੋਟਾ ਪਾ ਕੇ ਆਪਣੀ ਬੀਵੀ ਨੂੰ ਕਹਿੰਦਾ ਮੈਨੂੰ ਹਾਥੀ ਕਹਿ। ਬਸ ਜੀ, ਬਸ ਅੱਗੇ ਸਪੀਡ ਬ੍ਰੇਕ ਕਰੇ, ਲੱਗੇ ਰਹਿਣਾ ਲੱਗੇ ਰਹਿਣਾ। ਉਹ ਚੱਲ, ਬੜਾ ਤੇਰਾ ਬੱਕਰੀ ਦੇ ਚੋਏ ਥਾੜਨ ਦਾ ਮੂੰਹ ਹੈ, ਟਿਕਣ ਲੈ ਕੇ ਡਰਾਮਾ ਵੇਖ ਲੈਂਦੇ, ਸਾਹਮਣੀ ਕੁਰਸੀ ਤੇ ਲੱਤ ਲੱਤ ਰੱਖ ਕੇ ਬੈਠੇ, ਥੱਲੋਂ ਨਾਲਾ ਲਮਕ ਰਿਹਾ। ਆਪਣੀ ਬੀਵੀ ਨੂੰ ਕਹਿੰਦਾ ਹੁਣ ਜਿਵੇਂ ਤੈਨੂੰ ਮੈਂ ਕਹਾਂ ਤੂੰ ਉਵੇਂ ਚੱਲਣਾ, ਕਹਿੰਦੀ ਲੱਖ ਲਾਲ ਜੇ ਵਿਆਹ ਤੋਂ ਬਾਅਦ ਵੀ ਚੱਲਣਾ। ਗੁੱਸਾ ਸ਼ਾਮ ਨੂੰ ਮੈਨੇਜਰ ਕੋਲ ਚਲਾ ਗਿਆ, ਕਹਿੰਦਾ 20,000 ਰੁਪਏ ਜੁਰਮਾਨਾ ਦਿਓ। ਮੈਨੇਜਰ ਨੇ ਕਿਹਾ ਉਹ ਕਾਹਦਾ? ਕਹਿੰਦੇ ਤੁਹਾਡੇ ਵੇਟਰ ਨੇ ਮੇਰੀ ਬੀਵੀ ਨੂੰ ਛੇੜਿਆ। ਉਹਨਾਂ ਵੇਟਰ ਨੂੰ ਬੁਲਾ ਕੇ ਪੁੱਛਿਆ ਤੂੰ ਇਹਦੀ ਬੀਵੀ ਨੂੰ ਛੇੜਿਆ? ਵੇਟਰ ਕਹਿੰਦਾ ਜੀ ਮੈਂ ਨਹੀਂ ਛੇੜਿਆ। ਇਹ ਕਹਿੰਦਾ ਜੀ ਇਹ ਭਾਵੇਂ ਛੇੜੇ ਭਾਵੇਂ ਨਾ ਛੇੜੇ, ਉਹ ਤੇ ਤਿਆਰ ਹੈ ਨਾ। ਸਿਆਣੇ ਕਹਿੰਦੇ ਔਰਤ ਦੀ ਅਕਲ ਗਿੱਟਿਆਂ ਚ ਹੁੰਦੀ। ਚਿੰਚੀ ਰਕਸ਼ੇ ਦੇ ਪਿੱਛੇ ਬੈਠੀ ਖੜੀ ਹੁੰਦੀ। ਤੂੰ ਬੋਲੀ ਮੈਨੂੰ ਲੱਗਦਾ ਜਿਵੇਂ ਮੈਟਰੋ ਬੱਸ ਚ ਮੈਂ ਬੈਠਾ ਵਾ। ਜਿਵੇਂ ਖਾਲਾ ਜੀ ਨੂੰ ਹਜ਼ਰਤ, ਅਗਲਾ ਸਟਾਪ ਕਾਨਾ ਕਾਛਾ। ਮੈਂ ਜੀ ਰਾਵੀ ਦੇ ਪੁੱਲ ਦੇ ਥੱਲੇ 3 ਸਾਲ ਕੰਮ ਕੀਤਾ ਜੀ। ਮੈਂ ਕਲੇਜੀ ਫਿਫੜੇ ਦੇ ਲਫਾਫੇ ਕੈਚ ਕਰਦਾ ਸੀ। ਮਾਲਸ਼ੀਆ ਦਾ ਕੰਮ ਕੀਤਾ ਜੀ, ਕੋਈ ਗਾਹਕ ਹੀ ਨਹੀਂ ਪਿਆ। ਕਿਉਂ? ਉਹ ਬੋਤਲਾਂ ਹੀ ਪਲਾਸਟਿਕ ਦੀਆਂ ਸੀ, ਉਹਨਾਂ ਦੀ ਆਵਾਜ਼ ਹੀ ਕੋਈ ਨਹੀਂ ਸੀ। ਉਹ ਮੈਂ ਸੁਬਹ ਉੱਠ ਕੇ ਕਿਚਨ ਦੇ ਵਿੱਚ ਜਾਏ, ਚੀਨੀ ਵਾਲਾ ਡੱਬਾ ਖੋਲੇ ਵੇਖ ਕੇ ਰੱਖ ਕੇ ਫਿਰ ਵਾਪਸ ਆ ਜਾਈ। ਫਿਰ ਅਗਲੇ ਦਿਨ ਗਿਆ, ਫਿਰ ਡੱਬਾ ਖੋਲੇ ਵੇਖ ਕੇ ਰੱਖ ਕੇ ਵਾਪਸ ਆ ਜਾਈ। ਇਹਦੀ ਵੀਡੀ ਕਹਿੰਦੀ ਜਾਦੂ ਕੀ ਹੈ? ਕਹਿੰਦਾ ਡਾਕਟਰ ਨੇ ਮੈਨੂੰ ਕਿਹਾ ਰੋਜ਼ ਸਵੇਰੇ ਉੱਠ ਕੇ ਤੂੰ ਸ਼ੂਗਰ ਚੈੱਕ ਕਰਨੀ।
ਆਪਣੀ ਬੀਵੀ ਦਾ ਘੋੜ ਚੁੱਕ ਕੇ ਕਹਿੰਦਾ ਹੈਰਾਨ ਕਰ ਦਿਆਂਗਾ ਪਰੇਸ਼ਾਨ ਕਰ ਦਿਆਂਗਾ। ਉਹ ਕਹਿੰਦੀ ਕਰੋ ਬਾਹਰ ਗਿਆ ਤੇ ਚਾਰ ਬੰਦੇ ਲੈ ਕੇ ਆ ਗਿਆ।